संगत जी सवाल साढ़े कोल होर है ने, परंतु समा बड़ा दौड़ रहा है, एक सवाल होर लै सकदा। तो वह संगत चो सवाल आया सी वी जिस वेले मिसलां दा समा सी तां उस वेले एक ही गल है कि मिसलां दे समय सिख लुट छुट च लगे रहे सन। ये सवाल बड़ा अजीब जिहा है, मैं साहब मनमोहन सिंह बेनती करांगा वी उह दसो बई ये जिहड़ा सवाल करता दे मन च क्यों आया है कि मिसलां दे समय लुट छुट जारी रही। हाँ जी, वाहिगुरु जी का खालसा, वाहिगुरु जी की फतेह। आवाज आ रही है जी? हाँ जी, हाँ जी, वाहिगुरु जी का खालसा, वाहिगुरु जी की फतेह। जो सवाल वीर जी ने पढ़िया के मिसलां दे समय सिख जो सन लुट कसुट्टी च लगे रहे, असल च एहो जिहा कुछ भी नहीं। जदों असीं सिख इतिहास नूं पढ़दे हाँ, बाबा बंदा सिंह जी बहादुर दे वेले ਜਦੋਂ ਉਹਨਾਂ ਨੇ ਆਜ਼ਾਦ ਖਾਲਸਾ ਰਾਜ ਕਾਇਮ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਉੱਤੇ ਬੜਾ ਬਿਖੜਾ ਪੈਂਡ ਜੋ ਸਮਾਂ ਸੀ ਉਹ ਆਇਆ, ਜਦੋਂ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ ਅਤੇ ਸਿੱਖ ਜੋ ਸਨ ਉਹ ਜੰਗਲਾਂ ਦੇ ਵਿੱਚ ਬੀਆਬਾਨ ਜੰਗਲਾਂ ਵਿੱਚ ਰਹਿ ਕੇ ਜਿੱਥੇ ਆਪਣੇ ਆਪ ਨੂੰ ਬਚਾ ਰਹੇ ਸਨ, ਉੱਥੇ ਨਾਲ ਹੀ ਜ਼ਾਲਮ ਜ਼ੁਲਮ ਕਰਨ ਵਾਲੀ ਜੋ ਮੁਗਲੀਆ ਸਲਤਨਤ ਸੀ ਉਹਨਾਂ ਦੇ ਵਿਰੁੱਧ ਜੋ ਸਨ ਉਹ ਲੜ ਰਹੇ ਸਨ। ਇਹੋ ਜਿਹੇ ਸਮੇਂ ਦੇ ਅੰਦਰ ਹੀ ਇੱਕ ਲੰਬਾ ਸਮਾਂ ਜੋ ਹੈ ਗੁਜ਼ਰਿਆ ਹੈ ਜਿਹਦੇ ਵਿੱਚ ਸਿੱਖਾਂ ਦੀਆਂ ਸਿਰਾਂ ਦੇ ਮੁੱਲ ਪਏ, ਸ਼ਹਾਦਤਾਂ ਹੋਈਆਂ, ਇੱਥੇ ਤੱਕ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਹਰ ਹੀਲਾ ਜੋ ਸੀ ਉਹ ਜ਼ਾਲਮ ਨੇ ਕੀਤਾ, ਸਿੱਖਾਂ ਦੇ ਧਾਰਮਿਕ ਪਵਿੱਤਰ ਸਥਾਨ ਜੋ ਸਨ ਉਹਨਾਂ ਦੇ ਉੱਤੇ ਕਬਜ਼ੇ ਕਰਨ ਦਾ ਯਤਨ ਕੀਤਾ ਗਿਆ। ਫਿਰ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਸਮਾਂ ਬਣਿਆ ਜਿਹਦੇ ਵਿੱਚ ਸਿੱਖ ਜੋ ਜਥੇਦਾਰ ਸਨ ਉਹਨਾਂ ਨੇ ਛੋਟੇ ਛੋਟੇ ਜਥਿਆਂ ਦੇ ਵਿੱਚ ਸਿੱਖ ਕੌਮ ਨੂੰ ਜੋ ਹੈ ਜਥੇਬੰਦ ਕੀਤਾ ਅਤੇ ਜਿੱਥੇ ਉਹਨਾਂ ਨੇ ਜਥੇ ਬਣਾ ਕੇ ਜਿਹਨਾਂ ਨੂੰ ਬਾਅਦ ਵਿੱਚ ਮਿਸਲਾਂ ਵੀ ਮੰਨਿਆ ਗਿਆ, ਉਹਨਾਂ ਨੇ ਕੁੱਝ ਇਲਾਕੇ ਜੋ ਸਨ ਉਹ ਆਪਣੇ ਅਧੀਨ ਕਰਨੇ ਸ਼ੁਰੂ ਕੀਤੇ ਅਤੇ ਜਿਹਨਾਂ ਦੀ ਮਿਸਲ ਜੋ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਰੱਖੀ ਜਾਂਦੀ ਸੀ। ਉਸ ਮਿਸਲਾਂ ਦੇ ਜੋ ਕਿਰਦਾਰ ਦੀ ਗੱਲ ਹੈ ਉਸਨੂੰ ਜਦੋਂ ਅਸੀਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਜੋ ਇਤਿਹਾਸਕਾਰ ਲਿਖਣ ਵਾਲੇ ਨੇ ਉਹਨਾਂ ਨੇ ਇੱਥੇ ਤੱਕ ਲਿਖਿਆ ਕਿ ਮਿਸਲ ਦਾ ਜਿਹੜਾ ਜਥੇਦਾਰ ਹੋਇਆ ਕਰਦਾ ਸੀ ਉਸ ਨੂੰ ਕਿਰਦਾਰ ਪੱਖੋਂ ਹਰ ਪੱਖੋਂ ਪਰਖ ਕੇ ਜੋ ਸਿੱਖੀ ਸਿਧਾਂਤਾਂ ਦੇ ਉੱਤੇ ਪੂਰਾ ਉਤਰਨ ਵਾਲਾ ਹੁੰਦਾ ਸੀ ਉਸ ਨੂੰ ਹੀ ਜਥੇਦਾਰ ਥਾਪਿਆ ਜਾਂਦਾ ਸੀ ਅਤੇ ਉਹਦੇ ਨਾਲ ਮਿਸਲਾਂ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਹੋਇਆ ਕਰਦੇ ਸਨ ਉਹ ਸਾਰੇ ਹੀ ਕਿਰਦਾਰ ਵਾਲੇ ਲੋਕੀ ਸਨ। ਜਦੋਂ ਅਸੀਂ ਪੁਰਾਤਨ ਲਿਖਤਾਂ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਮਿਸਲਾਂ ਦੇ ਵਾਸਤੇ ਇੱਕ ਗੱਲ ਬੜੀ ਸਪਸ਼ਟ ਤੌਰ ਦੇ ਉੱਤੇ ਲਿਖੀ ਜਾਂਦੀ ਹੈ ਕਿ ਮਿਸਲਾਂ ਦੇ ਜਥੇਦਾਰ ਅੰਮ੍ਰਿਤਧਾਰੀ ਹੁੰਦੇ ਸਨ, ਰਹਿਤ ਬਹਿਤ ਵਿੱਚ ਪੂਰੇ ਹੁੰਦੇ ਸਨ ਅਤੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਹੁੰਦੇ ਸਨ। ਤੇ ਮਿਸਲਾਂ ਦੀ ਰੂਹ ਰਵਾਂ ਜੋ ਸੀ ਉਹ ਧਾਰਮਿਕ ਪਹਿਚਾਣ ਹੁੰਦੀ ਸੀ ਕਿ ਜਿਸ ਦਾ ਕਿਰਦਾਰ ਸਭ ਤੋਂ ਚੰਗਾ ਹੈ ਉਹੀ ਉਹ ਲੋਕੀ ਮਿਸਲਾਂ ਦੇ ਵਿੱਚ ਜੋ ਸਨ ਸ਼ਾਮਿਲ ਕੀਤੇ ਜਾਂਦੇ ਸਨ ਅਤੇ ਉਹਨਾਂ ਨੇ ਆਪਣੇ ਉਸ ਵੇਲੇ ਖਾਲਸਾਈ ਸਿਧਾਂਤਾਂ ਨੂੰ ਮੁੱਖ ਰੱਖ ਕੇ ਛੋਟੇ ਛੋਟੇ ਇਲਾਕਿਆਂ ਦੇ ਉੱਤੇ ਕਬਜ਼ਾ ਕਰਕੇ ਜੋ ਸੀ ਮਿਸਲਾਂ ਜੋ ਸਨ ਉਹਨਾਂ ਦਾ ਇੱਕ ਕਿਸਮ ਦਾ ਅਸੀਂ ਕਹਿ ਸਕਦੇ ਹਾਂ ਰਾਜ ਜੋ ਸੀ ਉਹ ਕਾਇਮ ਹੋਇਆ। ਉਸ ਸਮੇਂ ਦੇ ਅੰਦਰ ਜਦੋਂ ਜਰਵਾਨੇ ਕਿਤੇ ਜ਼ੁਲਮ ਕਰਦੇ ਸਨ ਜਾਂ ਕਿਤੇ ਉਹਨਾਂ ਇੱਥੇ ਦੀਆਂ ਬਹੂ ਬੇਟੀਆਂ ਨੂੰ ਬੰਨ ਕੇ ਇੱਥੇ ਦੀ ਅਜ਼ਮਤ ਨੂੰ ਬੰਨ ਕੇ ਲਿਜਾਂਦੇ ਸਨ ਤਾਂ ਇਹੋ ਜਿਹੇ ਸਮੇਂ ਦੇ ਅੰਦਰ ਉਹਨਾਂ ਦੇ ਉੱਤੇ ਜ਼ਰੂਰ ਹਮਲਾ ਕਰਕੇ ਉਹਨਾਂ ਦੀ ਲੁੱਟ ਖਸੁੱਟ ਜੋ ਸੀ ਉਹ ਖਾਲਸਾਈ ਰਵਾਇਤਾਂ ਅਨੁਸਾਰ ਕੀਤੀ ਜਾਂਦੀ ਰਹੀ ਜਾਂ ਉਹਨਾਂ ਦੇ ਕੋਲ ਉਹ ਮਾਲ ਅਸਬਾਬ ਲੁੱਟ ਕੇ ਉਸ ਮਾਲ ਅਸਬਾਬ ਨੂੰ ਆਪਣੇ ਸ਼ਸਤਰ ਵਗੈਰਾ ਬਣਾਉਣ ਵਾਸਤੇ ਜਾਂ ਆਪਣਾ ਜਿਹੜਾ ਸੀ ਦਰਗੁਜ਼ਰ ਵਾਸਤੇ ਉਹ ਇਸਤੇਮਾਲ ਕੀਤਾ ਜਾਂਦਾ ਰਿਹਾ। ਬਲਕਿ ਕਿਸੇ ਵੀ ਥਾਂ ਦੇ ਉੱਤੇ ਇਹੋ ਜਿਹਾ ਕੋਈ ਹਵਾਲਾ ਨਹੀਂ ਮਿਲਦਾ ਕਿ ਮਿਸਲਾਂ ਦੇ ਵੇਲੇ ਸਿੱਖਾਂ ਨੇ ਕਿਸੇ ਗਰੀਬ ਨੂੰ ਲੁੱਟਿਆ ਹੋਵੇ ਜਾਂ ਕਿਸੇ ਸ਼ਹਿਰ ਨੂੰ ਲੁੱਟਿਆ ਹੋਵੇ ਜਾਂ ਕਿਸੇ ਇਲਾਕੇ ਨੂੰ ਉਜਾੜਿਆ ਹੋਵੇ। ਇੰਨੀ ਗੱਲ ਜ਼ਰੂਰ ਹੈ ਜਿਵੇਂ ਚਿਨਾਬ ਦੇ ਕੰਢੇ ਦੇ ਉੱਤੇ ਅਬਦਾਲੀ ਨੂੰ ਲੁੱਟਿਆ ਜਾਣਾ, ਨਾਦਰ ਸ਼ਾਹ ਦਾ ਲੁੱਟਿਆ ਜਾਣਾ ਪੁਰਾਤਨ ਹਵਾਲਿਆਂ ਦੇ ਅੰਦਰ ਇਹ ਚੀਜ਼ ਲੱਭਦੀ ਵੀ ਹੈ ਕਿ ਨਾਦਰ ਸ਼ਾਹ ਨੇ ਫਿਰ ਆ ਕੇ ਜਦੋਂ ਪੁੱਛਿਆ ਕਿ ਭਾਈ ਇਹ ਹੈ ਕੌਣ ਨੇ ਤਾਂ ਉਹਨੂੰ ਦੱਸਿਆ ਗਿਆ ਕਿ ਭਾਈ ਹਿੰਦੂ ਤੇ ਮੁਸਲਮਾਨਾਂ ਤੋਂ ਵੱਖਰੇ ਨੇ, ਇਹਨਾਂ ਦਾ ਰਹਿਣ ਸਹਿਣ ਵੱਖਰਾ ਹੈ, ਇਹ ਇੱਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਯਕੀਨ ਰੱਖਣ ਵਾਲੇ ਨੇ, ਗੁਰੂ ਨਾਨਕ ਦੇ ਕਲਾਮ ਦੇ ਉੱਤੇ ਯਕੀਨ ਰੱਖਣ ਵਾਲੇ ਨੇ, ਇਹਨਾਂ ਨੇ ਦਾ ਮੁਰਸ਼ਦ ਇਹਨਾਂ ਨੂੰ ਆਬੇ ਆਤ ਦਿੰਦਾ ਹੈ, ਇਹ ਆਪਸ ਵਿੱਚ ਸੱਕੇ ਭਰਾ ਬਣ ਕੇ ਰਹਿੰਦੇ ਨੇ, ਉਸ ਵੇਲੇ ਵੀ ਸਾਡੇ ਕਿਰਦਾਰ ਨੂੰ ਜੋ ਸਾਡੇ ਦੁਸ਼ਮਣ ਨੇ ਆਪਣੇ ਉਸ ਆਕਾ ਦੇ ਸਾਹਮਣੇ ਪੇਸ਼ ਕੀਤਾ ਕਿ ਅਸੀਂ ਇਹਨਾਂ ਨੂੰ ਮਾਰ ਮਾਰ ਕੇ ਥੱਕ ਗਏ, ਇਹ ਮਰ ਨਹੀਂ ਰਹੇ, ਮੁੱਕ ਨਹੀਂ ਰਹੇ। ਇਸ ਕਰਕੇ ਈਰਖਾਵਾਸ ਹੋ ਕੇ ਅਗਰ ਕੁੱਝ ਲਿਖਾਰੀਆਂ ਨੇ ਇਹ ਗੱਲ ਲਿਖੀ ਹੈ ਕਿ ਸਿੱਖਾਂ ਦੇ ਮਿਸਲਾਂ ਦੇ ਸਮੇਂ ਲੁੱਟ ਖਸੁੱਟ ਚੱਲਦੀ ਰਹੀ ਤਾਂ ਉਹ ਈਰਖਾਵਾਸ ਵਾਲੀ ਗੱਲ ਸੀ, ਜਿਵੇਂ ਕਾਜੀ ਨੂਰ ਮੁਹੰਮਦ ਨੇ ਲਿਖਿਆ ਸੀ ਕਿ ਭਾਈ ਸਿੱਖ ਜੋ ਨੇ ਕੁੱਤੇ ਨੇ, ਲੇਕਿਨ ਨਾਲ ਉਹ ਸਾਡੇ ਕਿਰਦਾਰ ਨੂੰ ਜ਼ਰੂਰ ਰੱਖਦਾ ਸੀ, ਲਿਖਦਾ ਸੀ ਕਿ ਇਹਨਾਂ ਦਾ ਕਿਰਦਾਰ ਜਿਹੜਾ ਹੈ ਉਹ ਬਹੁਤ ਉੱਚਾ ਹੈ। ਸੋ ਇਸ ਕਰਕੇ ਮੈਂ ਇਹੋ ਬੇਨਤੀ ਕਰਾਂਗਾ ਕਿ ਸਿੱਖ ਮਿਸਲਾਂ ਜੋ ਸਨ ਉਹ ਵਿਸ਼ਾਲ ਸਿੱਖ ਰਾਜ ਦੀ ਬੁਨਿਆਦ ਸਨ, ਜੋ
विशाल सिख राज महाराजा रणजीत सिंह जी का बनया है उसकी जो बुनियाद सी वह सिख मिसलां सन अते मिसलां दे विच जिन्ने भी गुरु के सिख सन वह सिखी किरदार वाले सन ते जथेदार बड़ी परख तो बाद जो सी वह तैयार किया जाता सी मिसलां दे सारे जथेदार जो सन वह अमृतधारी अते सिखी रवायतां दे विच पूर्ण तौर दे उत्ते निपुण होया करदे सन। इन्हां को बेनतियां प्रवान करनियां। वाहेगुरु जी का खालसा वाहेगुरु जी की फतेह। दुश्मन बात करे ना होनी, असल गल यह है कि सिखा ने लुट सुट नहीं की, हाँ लुटेरिया जरूर राव राव पाया। तो अब्दाली वर्गे जिम्मे वीर जी ने जिक्र किया जेडे इतने आके तरथली बचाते सन उन्होंने राव राव पाया दुड़ाया और उन्होंने जो लुट के ले जाते से उन्होंने वापस खोया। और बाबा बंदा सिंह बहादुर जी ने जिस वेले वे वे जगीरदारा मतलब जगीरदारी खत्म करके और जी भोए है वह आम किरतियाँ वंटी है, तो अगर इनू लुट खसुट किया जाए तो यह मतलब भी अपने आप सोच सकते हैं भी ये किस एंगल तो लुट खसुट किया गया। लुट खसुट कर रही है सिखा का किरदार सतगुरु जी कृपा ना बड़ा उच्चा रहा है और साड़ी अरदास उच्चा रहेगा। समय की पाबंदी च नहीं रह सके जी, 5-7 मिनट उपर हो गए ने, मैं आप पास खिमा मंगदा। वीर मनमोहन सिंह जी आपका धन्यवाद। तो संगत जी ये अज के प्रोग्राम विच जो पैनल ने आपके सामने पेश किया उस कई तरह दियां त्रुटियां रह गईयां और भी मैं उन भी आप पैनल आप पासों खिमा मंगदा। जिहड़े सवाल रह गए ने मैं उन्होंने तो भी खिमा मंगदा और ये जरूर यकीन दवाना भी अगले हफ्ते जिहड़े साडे कोल 3 सवाल रह गए ने पहला वह करांगे, नवे सवाल जिहड़े आए ने वह बाद च करांगे। तो कई बार इस तरह सवाल लेट भी हो जाते हैं क्योंकि समय की पाबंदी है, मैं संगत कोलों इस गल की खिमा मंगदा। तो संगत जी आप जी का बहुत बहुत धन्यवाद, तुम साढ़े नाल बहुत ही मिलवर्तन कर रहे हो, हर पक्ष से आप मिलवर्तन कर रहे हो। इस तरह अपनी मेहर का हाथ साढ़े सिर पर बनाई रखो। अगले हफ्ते फिर तुहाडी सेवा च हाजिर होवांगे जी। तद तक लई खिमा, वाहिगुरू जी का खालसा वाहिगुरू जी की फतेह।